यार जी कुछ हो गए यार गिरफ्तार दिवाली मेरे नंबर पे सात सात बंदे 12 पिस्टल है ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਆਰਗੇਨਾਈਜ਼ ਕ੍ਰਾਈਮ ਦੇ ਅਗੇਂਸਟ ਜ਼ੀਰੋ ਟੋਲਰੈਂਸ ਪਾਲਿਸੀ ਉਹਦੇ ਤਹਿਤ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ ਸਾਡੀ ਜਿਹੜੀ ਟੀਮ ਹੈ ਡੀ ਸੀ ਪੀ ਹਰਪ੍ਰੀਤ ਮੰਡੇਰ ਜੀ ਮਿਸਟਰ ਵਿਸ਼ਾਲ ਜੀ ਸਾਡੇ ਜਸਪਾਲ ਜੀ ਏ ਸੀ ਪੀ ਜਸਵੀਰ ਐਸ ਐਚ ਓ ਇਸਲਾਮਾਬਾਦ ਅਤੇ ਇੰਸਪੈਕਟਰ ਅਮਨ ਇਹਨਾਂ ਦੀ ਸਾਰੀ ਟੀਮ ਇਹਨਾਂ ਨੇ ਬੜੀ ਮਿਹਨਤ ਨਾਲ ਔਰ ਬੜਾ ਅੱਛੇ ਤਰੀਕੇ ਨਾਲ ਇੰਟੈਲੀਜੈਂਸ ਬੇਸਡ ਓਪਰੇਸ਼ਨ ਦੇ ਵਿੱਚ ਇਹ ਕਾਮਯਾਬੀ ਪ੍ਰਾਪਤ ਕੀਤੀ ਹੈ ਅਸੀਂ 7 ਮੁਲਜ਼ਮ ਗ੍ਰਿਫਤਾਰ ਕੀਤੇ ਹੈ ਔਰ 12 ਵੈਪਨਸ ਜਿਹੜੇ ਪਿਸਟਲ ਹੈ ਔਰ 16 ਮੈਗਜ਼ੀਨਸ ਨੇ 23 ਕਾਰਟ੍ਰਿਜਿਸ ਨੇ ਇਹ ਬਰਾਮਦ ਕੀਤੇ ਹੈ ਜੋ ਮੁੱਢਲੀ ਪੁੱਛਗਿੱਛ 'ਚ ਪਤਾ ਲੱਗਿਆ ਕਿ ਇੱਕ ਦਿਲਪ੍ਰੀਤ ਨਾਮ ਦਾ ਬੰਦਾ ਹੈਗਾ ਜੋ ਬਾਬੇ ਬਕਾਲੇ ਏਰੀਏ ਦਾ ਰਹਿਣ ਵਾਲਾ ਸੀ ਪਿੱਛੋਂ ਇਸ ਵੇਲੇ USA ਦੇ ਵਿੱਚ ਬੇਸਡ ਹੈ ਉਹ ਇਹ ਸਾਰਾ ਆਰਗਨਾਈਜ਼ ਗੈਂਗ ਦਾ ਜਿਹੜਾ ਨੈਟਵਰਕ ਚਲਾ ਰਿਹਾ ਔਰ ਇਹਦੇ 'ਚ ਜਿਹੜਾ ਐਂਗਲ ਉੱਭਰ ਕੇ ਆਇਆ ਉਹ ਇਹੀ ਹੈ ਕਿ ਉਹ ਇੱਕ ਬਿੱਲਾ ਸ਼ੇਰੋਂ ਦਾ ਹੈਗਾ ਤਰਨ ਤਾਰਨ ਏਰੀਏ ਦਾ ਗੈਂਗਸਟਰ ਉਹਨਾਂ ਦੀ ਦੂਸਰੇ ਪਾਸੇ ਜਿਹੜਾ ਲੰਡਾ ਹਰੀਕਾ ਹੈਗਾ ਉਹਦੇ ਨਾਲ ਇੰਟਰ ਗੈਂਗ ਰਾਈਵਲਰੀ ਹੈ ਔਰ ਇਹ ਰਿਸ਼ਤੇਦਾਰ ਆਪਦਾ ਦਿਲਪ੍ਰੀਤ ਔਰ ਇੱਥੇ ਬੈਠ ਉੱਥੇ ਬਾਹਰ ਬੈਠ ਕੇ ਜਿਹੜੇ ਯੂਥ ਨੇ ਉਹਨਾਂ ਨੂੰ ਲਾਲਚ ਦੇ ਕੇ ਔਰ ਭਰਮਾ ਕੇ ਇਸ ਕੰਮ ਦੇ ਵਿੱਚ ਲਾਉਂਦਾ ਔਰ ਜੋ ਇੰਡੀਕੇਸ਼ਨ ਆਈ ਹੈ ਮੁੱਢਲੀ ਪੁੱਛਗਿੱਛ ਤੋਂ ਉਹ ਇਹੀ ਹੈ ਕਿ ਇਹ ਕ੍ਰਾਈਮ ਦੇ ਨਾਲ ਨਾਲ ਜਿਹੜੇ ਵੈਪਨ ਦੇ ਨਾਲ ਨਾਲ ਡਰੱਗ ਦਾ ਨੈਕਸਸ ਵੀ ਸ਼ਾਮਿਲ ਹੋਇਆ ਹੋਇਆ ਉਹ ਅਸੀਂ ਅੱਗੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਰ ਫਿਲਹਾਲ ਬਰਾਮਦਗੀ ਇੰਨੀ ਹੋਈ ਹੈ ਅਤੇ ਇਹਦੇ ਨਾਲ ਮੈਂ ਇਹ ਸਮਝਦਾ ਕਿ ਜਿੱਦਾਂ ਦਿਵਾਲੀ ਦੇ ਉੱਤੇ ਅਲਰਟਨੈਸ ਪੁਲਿਸ ਰੱਖੀ ਹੋਈ ਹੈ ਉਹਦਾ ਹੀ ਇਹ ਨਤੀਜਾ ਕਿ ਇੰਨੀ ਸਫਲਤਾ ਪ੍ਰਾਪਤ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਇਹਦੇ 'ਚ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ 7 ਤੋਂ ਇਲਾਵਾ ਵੀ ਅਸੀਂ ਹੋਰ ਗ੍ਰਿਫਤਾਰੀਆਂ ਵੀ ਕਰਾਂਗੇ ਔਰ ਇਹਦੇ 'ਚ ਜਿਹੜੇ ਹੋਰ ਬਾਕੀ ਲਿੰਕ ਨੇ ਦਿਲਪ੍ਰੀਤ ਦੇ ਅਤੇ ਜਿਹੜੇ ਇੰਡੀਅਨ ਉਹਦੇ ਕਾਊਂਟਰ ਪਾਰਟਸ ਇੱਥੇ ਕੰਮ ਕਰ ਰਹੇ ਗਰਾਊਂਡ ਦੇ ਫੁੱਟ ਸੋਲਜਰਸ ਉਹ ਵੀ ਗ੍ਰਿਫਤਾਰ ਕੀਤੇ ਜਾਣਗੇ ਉਸ ਤੋਂ ਮੰਗਵਾਏ ਆ ਇਹ ਔਰ ਆਲਰੇਡੀ ਸਪਲਾਈ ਕਰ ਚੁੱਕੇ ਸੀ ਫਿਰ ਉਹ ਸਾਰੇ ਬੰਦਿਆਂ ਦੀ ਚੇਨ ਜਿਹੜੀ ਹੈ ਉਹ ਪੁਲਿਸ ਨੇ ਬੜਾ ਪ੍ਰੋਫੈਸ਼ਨਲ ਢੰਗ ਨਾਲ ਇਹਨੂੰ ਇਨਵੈਸਟੀਗੇਟ ਕਰਦੇ ਹੋਏ ਸਾਡੀ ਇਹ ਸਾਰੀ ਟੀਮ ਨੇ ਇਹਦੇ ਵਿੱਚ ਇਹ ਰਿਕਵਰੀਆਂ ਕੀਤੀਆਂ ਦੇਖੋ ਇਹ ਰੋਲ ਤਾਂ ਹੁਣ ਦਿਲਪ੍ਰੀਤ ਕਿਉਂਕਿ ਬਾਹਰ ਬੈਠਾ ਹੈ ਉਹਨੂੰ ਵੀ ਅਸੀਂ ਮਤਲਬ ਇਹਦੇ 'ਚ ਜਿਹੜੀ ਇਨਵੈਸਟੀਗੇਸ਼ਨ 'ਚ ਹੋਰ ਡੀਪਲੀ ਪ੍ਰੋਵ ਕਰਾਂਗੇ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਉਹਦੇ ਕੀ ਹੋਰ ਲਿੰਕ ਨੇ ਅਤੇ ਉਹ ਜਿਹੜੇ ਉਹਦੇ ਰੈਲੇਟਿਵਸ ਇੱਥੇ ਹੈ ਉਹਨਾਂ ਨੂੰ ਵੀ ਇਨਵੈਸਟੀਗੇਸ਼ਨ ਸ਼ਾਮਿਲ ਕਰਕੇ ਜੋ ਜੋ ਰੋਲ ਹੋਇਆ ਉਹਨੂੰ ਔਨ ਕਾਲ ਲਿਆਵਾਂਗੇ ਔਰ ਜੋ ਕਾਰਵਾਈ ਬਣਦੀ ਉਹਦੇ ਖਿਲਾਫ਼ ਸਖ਼ਤ ਹੋਏਗੀ ਲਾਲਚ ਵਰਡ ਮੈਂ ਤਾਂ ਯੂਜ਼ ਕੀਤਾ ਕਿਉਂਕਿ ਬੰਦੇ ਵਿਚਾਰਾ ਕੋਈ ਵੇਟਰ ਹੈ ਕੋਈ ਹੋਰ ਹੈ ਇਹ ਮਤਲਬ ਪੈਸੇ ਦਾ ਹੀ ਮੇਨ ਅੱਜ ਕੱਲ੍ਹ ਚੱਲਦਾ ਹੁਣ ਜੇ ਇਹ ਜਿਹੜੇ ਬੰਦਿਆਂ ਦੀ ਆਪਾਂ ਬੈਕਗਰਾਊਂਡ ਦੇਖੀਏ ਇਹ ਜਿਹੜਾ ਕਰਨਜੀਤ ਧਾਨੀ ਹੈ ਇਹ ਵੇਟਰ ਦਾ ਹੀ ਕੰਮ ਕਰ ਰਿਹਾ 12ਵੀਂ ਤੱਕ ਪੜ੍ਹਿਆ ਅਤੇ ਦੋ ਇਹਦੇ ਖਿਲਾਫ਼ ਪਹਿਲਾਂ ਹੀ ਪਰਚੇ ਆਰਮਸ ਐਕਟ ਦੇ ਦਰਜ ਹੈ ਜਸ਼ਨਦੀਪ ਇਹ ਮੇਨ ਬੰਦੇ ਇਹੀ ਸੀ ਜਿਹੜੇ ਪਹਿਲਾਂ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਆ ਕਰਨਜੀਤ ਜਸ਼ਨਦੀਪ ਏਲੀਅਸ ਮਾਇਆ ਏਰੀਆ ਚਿੱਲੜ ਇਹ ਵੀ ਵੇਟਰ ਦਾ ਕੰਮ ਕਰਦਾ ਇਹਦੇ ਖਿਲਾਫ਼ ਵੀ ਪਰਚਾ ਦਰਜ ਆ ਪਹਿਲਾਂ ਥਾਣੇ ਚਰਾਟੇ ਦੇ ਵਿੱਚ ਇਸ਼ਮੀਤ ਰਿਸ਼ੂ ਹੈ ਇਹਦੇ ਖਿਲਾਫ਼ ਵੀ ਇੱਕ ਪਰਚਾ ਦਰਜ ਆ ਪਹਿਲਾਂ ਆਰਮਸ ਐਕਟ ਦਾ ਫਿਰ ਅੰਮ੍ਰਿਤਪਾਲ ਹੈਗਾ ਇਹ ਵੀ ਇਹਦੇ ਖਿਲਾਫ਼ ਵੀ ਚਰਾਟੇ ਦੇ ਵਿੱਚ ਪਰਚਾ ਦਰਜ ਹੈ ਔਰ ਦਿਲਪ੍ਰੀਤ ਹੈਗਾ ਇਹਦੇ ਖਿਲਾਫ਼ ਪਰਚਾ ਨਹੀਂ ਹੈ ਪਰ 8ਵੀਂ ਪੜ੍ਹਿਆ ਹੈ ਵੀ 21 ਸਾਲ ਦਾ ਯੰਗਸਟਰਸ ਨੂੰ ਮਤਲਬ ਪੈਸੇ ਦਾ ਲਾਲਚ ਦੇ ਕੇ ਜਾਂ ਭਰਮਾਉਣ ਦਾ ਦੋ ਹੀ ਤਰੀਕੇ ਹੈ ਕਿ ਤੁਹਾਨੂੰ ਅਸੀਂ ਬਾਹਰ ਬੁਲਾ ਲਾਂਗੇ ਜੋ ਕਿ ਕਦੇ ਨਹੀਂ ਹੁੰਦਾ ਮੈਂ ਤੁਹਾਡੇ ਰਾਹੀਂ ਅਪੀਲ ਵੀ ਕਰਦਾ ਜਿੰਨੇ ਵੀ ਯੰਗਸਟਰਸ ਨੇ ਵੀ ਇਹ ਗੱਲ ਦੇ ਵਿੱਚ ਨਾ ਫਸੋ ਬਾਹਰ ਬੈਠੇ ਬੰਦੇ ਆਪਣੇ ਆਪ ਨੂੰ ਸੇਫ ਸਮਝਦੇ ਹੈ ਅਤੇ ਤੁਹਾਨੂੰ ਅੱਗੇ ਇਸ ਗੱਲ 'ਚ ਲੈ ਕੇ ਜਾਂਦੇ ਹੈ ਸਾਨੂੰ ਇਸ ਬਾਰੇ ਜਾਗਰੂਕ ਵੀ ਹੋਣਾ ਚਾਹੀਦਾ ਸਾਡੇ ਯੂਥ ਨੂੰ
वरिंदर एलियस रवि है बाबा पकाला अमृतसर रूरल का ये खिलाफ़ भी एक ढिलवान के कपूरथला डिस्ट्रिक्ट पत्ता दर्ज है पहला एन डी पी एस का गुरप्रीत गोपी है ये भी उतों का ही है बाबे पकाले का और ये भी ये खिलाफ़ भी ढिलवान कपूरथले पहला भी पत्ता दर्ज है तो इतों गल सारी यही क्लीयर होंगी है कि जेडे अपने एरिए बंदा जिमें दिलप्रीत उतों का गया बाबे पकाले का वह जाके उन्हें अपने पहला एरिए बंदे जोड़े फिर दूजे एरिए लिंक पैदा कर ले तो लोगों फुट सोल्जर बना के किसी मध्य प्रदेश भेजता लालच दे के बाकी कुछ होर लेरमेंट्स है वो सारिया चीज़ा असं इनवैसटीगेट करा और ये बड़ी क्लीयर गल है कि किसी को बख्शा नहीं जाए मैं देखना पेगा जी वो साढ़े डिस्ट्रिक्ट का नहीं है चेक करा वो सारा बैकग्राउंड भी देखा और देख क्योंकि गल तो मुढ़ली पुछगिछ तो आई है इनू वेरीफाई करना बहुत जरूरी है ड्यूरिंग द कोर्स ऑफ इन्वेस्टिगेशन अपने बंदियां नूं अगे अगे दे रहे हैं क्रिमिनल्स नूं वंड रहे हैं उही मैं तुहानूं दस्सदा वी नेक्सस जिहड़ा ऑर्गेनाइज क्राइम एंड ड्रग का ही है वो तुहाडे नाल असीं शेयर करांगे जल्दी यार अलग अलग कोई ट्रेन च आ गया कोई बसिस से आ गया हाँ जी मतलब तुहानूं पता ही है कि जदों बंदा इहो जिहे काम करदा कोई ट्रेन रूट भी इहदे सामने आया रोड रूट भी आया वो सारी असीं रिवील कर रहे हैं और तुहाडे नाल डेफिनेटली शेयर कीती जाऊगी मैं तुहानूं ये दसदा कि इहदे च प्रोग्रेस होनी है और सानूं एक्सपेक्टेड है जी किसी भी टाइम टीमां अपनियां लगियां हुई हैं अरे कोई एवं की गल सामने नहीं आई हूँ अपना मैडिकल वगैरह होएगा पता लग जाएगा जी नहीं अजय कोई है नहीं पुराने केस इन्होंने खिलाफ है जी नया नया एक ग्रुप बना रहे नया संगठन तैयार कर रहे उदों दिल तो डेफिनेटली देखो दिलप्रीत बैठा जे हुण सात बंदे तो अपने कोल ही सामने आ गए 12 वेपन आ गए हुण इहदी सारी हिस्ट्री लैणी है वी कदों तो पहला भी कोई कंसाइनमेंट इहने मंगाई है जां कोई होर बंदे इहदे नाल किहड़े इन टच है थोड़ा जिहा इन्वेस्टिगेशन का विषय है बिल्कुल ठीक है सात बंदे जिहड़े फड़े ने इह आपस विच सारा लिंकड है जां कोई ब्लड लिस्ट है नहीं इह लिंक इक दो तो इहनां नाल दे हैगे जिवें करमजीत धानी ते माया ये दो चार बंदे गुरु की बटाली दे ही है दो तीन बाबा बकाला दे हैगे पर मेन इन्हों जिहड़ा जिदा कंट्रोल रूम समझ लो जिहड़ा जोड़ रहा सीगा बंदा वो दिलप्रीत ही सीगा देखो तुहानू भी पता कि जदों माया ममता मोहनी है वो करती है ये अपना इफेक्ट कर देंदी है तो इस करके वो माया जाल दे विच ये मेन जिहड़ी गल हैगी कि लस्ट फॉर मनी होंदी रही है जी कारगुजारीबल है कि कितों इन्नी दूरों कंसाइनमेंट आ रही जिवें तुसीं आप ही किया इन जगह टप के आए हैं तो मैं अच्छी कामयाबी मानता कुछ बंदे फड़े भी मध्य प्रदेश के जो मैं याद है पहला ये असं अपने जड़िया स्पेशलाइज्ड यूनिट्स ने पंजाब की उन्होंने शेयर करा हूँ तो उन्होंने थ्रू असं हेल्प लैके उ करा जी कार्रवाई देखो साढ़े को असी शहर को तीन जोन के डिवाइड किया तीनों डीसीपी साहबान को सैक्टर जोनल जो सुपरविजन हैगा चाहे वह साढ़े रिलीजियस प्लेसिस ने चाहे वह थ्रेटन परसन ने चाहे वह चैकिंग है नाकाबंदी है और चाहे वह ट्रैफिक हैगा जो कि क्योंकि श्रद्धालुओं ने दीपमाला वाली रात के उत्ते हरबंदी छोड़ दिवस के उत्ते काफ़ी रश पैंदा है वो सारी चीज़ को मद्दे रखते हुए साढ़े डीसीपी साहबान इंचार्ज ने एक एक जोन दे उन्होंने असी एक्सट्रा जोड़े साढ़े को ऑफिसर जिन्हों को सब डिविजन का चार्ज नहीं है चाहे डीएसपी रैंक है इंस्पैक्टर रैंक है सब इंस्पैक्टर रैंक वो भी असी एक्सट्रा नाल दिते है और डीएसपीज नूं असी लॉ एंड ऑर्डर ते चैकिंग वास्ते थाने भी डिस्ट्रीब्यूट किए है जोड़े साढ़े को PBI के DSP साहबान ने और इस तो अलावा
ਜਿਹੜਾ ਵੀ ਸਾਰਾ ਪ੍ਰੋਗਰਾਮ ਹੈਗਾ ਦਿਵਾਲੀ ਦਾ, ਟ੍ਰੈਫਿਕ ਹੈ, ਇੰਟੈਂਸਿਵ ਚੈਕਿੰਗ ਹੈ, ਵਹੀਕਲ ਦੀ ਵਿਜੀਬਿਲਟੀ ਹੈ, ਉਹ ਸਾਰਾ ਪਲਾਨ ਬਣਾਇਆ, ਬੜਾ ਐਲੈਬੋਰੇਟ ਪ੍ਰੋਗਰਾਮ ਹੈਗਾ। ਸਾਨੂੰ ਅਸੀਂ ਆਪਣੀ ਫੋਰਸ ਤਾਂ ਮੈਕਸੀਮਮ ਕੱਢੀ ਕੱਢੀ ਹੈ, ਚਾਹੇ ਦਫ਼ਤਰਾਂ ਦੀ ਹੈ ਜਾਂ ਯੂਨਿਟ ਦੀ। 3 ਕੰਪਨੀਆਂ ਸਾਨੂੰ DGP ਸਾਹਿਬ ਵੱਲੋਂ ਵੀ ਮਿਲੀਆਂ, ਉਹ ਵੀ ਸਾਰੀਆਂ ਇੰਡਕਟ ਕੀਤੀਆਂ ਹੋਈਆਂ ਸ਼ਹਿਰ ਦੇ ਵਿੱਚ। ਔਰ ਉਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਸਵਾਟ ਟੀਮਸ ਹੈ, ਮੋਬਾਈਲ ਨਾਕਾ ਟੀਮ ਹੈ, ਹੋਰ ਹੈ, ਉਹ ਸਾਰੀਆਂ ਅਸੀਂ ਟਾਈਮ ਟੂ ਟਾਈਮ ਉਹਨਾਂ ਨੂੰ ਡਿਪਲੋਏ ਕਰਦੇ ਰਹਿੰਦੇ। ਸਰ ਲਾਸਟ ਵਾਲੇ ਦੀ ਪੇਮੈਂਟ ਕਿੰਨੀ ਹੋਈ ਹੈ? ਉਹ ਇਹਨਾਂ ਦਾ ਬੈਂਕ ਅਕਾਊਂਟ ਕਢਾ ਕੇ ਦੱਸਾਂਗੇ ਜੀ।